ਇਹ ਨਾ ਜਿਹੜੀ ਉਹ ਹਾਸੋਹੀਨੀ ਵੀ ਬਣਦੀ ਹੈ ਕਿ ਸਰਕਾਰ ਦੇ ਜਿਹੜੇ ਅਫਸਰ ਨੇ ਕਿ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਤੇ ਜਾਣ ਬੁੱਝ ਕੇ ਇੱਕ ਨਾਮ ਭੇਜਿਆ ਗਿਆ ਜਾਂ ਸੁਰਖੀਆਂ ਬਟੋਰਨ ਵਾਸਤੇ ਸਭ ਕੁਝ ਕੀਤਾ ਗਿਆ ਜਾਂ ਨੌਲੇਜ ਹੀ ਨਹੀਂ ਸੀ। ਮਨੋਰੰਜਨ ਕਾਲੀਆ ਸਾਡੇ ਨਾਲ ਜੁੜੇ ਨੇ, ਬੀਜੇਪੀ ਦੇ ਸੀਨੀਅਰ ਲੀਡਰ ਨੇ। ਮਨੋਰੰਜਨ ਕਾਲੀਆ ਜੀ, ਕੀ ਕਹੋਗੇ ਰਾਜਪਾਲ ਵਰਸਿਸ ਪੰਜਾਬ ਸਰਕਾਰ ਦੀ ਸਥਿਤੀ? ਗਵਰਨਰ ਵੱਲੋਂ ਮੁੜ ਤੋਂ ਫਾਈਲ ਵਾਪਸ ਭੇਜੀ ਗਈ ਹੈ ਜਿਹੜੀ ਕਿ ਵਾਈਸ ਚਾਂਸਲਰ ਦੇ ਨਾਂ ਤੇ ਮੋਹਰ ਲਗਾਉਣ ਵਾਸਤੇ ਪੰਜਾਬ ਦੀ ਸਰਕਾਰ ਨੇ ਕੱਲੀ ਸੀ। ਮਨੋਰੰਜਨ ਕਾਲੀਆ ਜੀ, ਗਵਰਨਰ ਜਿਹੜਾ ਹੈ ਨਾ ਜੀ, ਉਹ ਚਾਂਸਲਰ ਹੁੰਦਾ ਯੂਨੀਵਰਸਿਟੀ ਦਾ, ਤੇ ਉਸ ਨਾਂ ਤੇ ਜਿਹੜਾ ਹੈਗਾ ਉਹਨੂੰ ਪੈਨਲ ਭੇਜਣਾ। ਪੈਨਲ ਦਾ ਮਤਲਬ ਹੁੰਦਾ ਇੱਕ ਤੋਂ ਵੱਧ ਨਾਮ, ਇੱਕ ਨਾਮ ਦਾ ਪੈਨਲ ਹੁੰਦਾ ਹੀ ਨਹੀਂ ਹੈ। ਇਸ ਲਈ ਸਰਕਾਰ ਨੇ ਜਿਹੜਾ ਹੈ ਨਾ ਜੀ, ਇਹ ਹਾਸੋ ਜਿਹੜੀ ਗੱਲ ਜੀ, ਆਪਣੀ ਵਰਕਿੰਗ ਸਟਾਈਲ ਬਦਲਣ ਕਿ ਵੀ ਆਪਾਂ ਇਹਨੂੰ ਕਰੀਏ ਕਿ ਡਿਕਟੇਟੋਰੀਅਲ ਐਟੀਟਿਊਡ ਰੱਖਣਾ ਹੈਗਾ ਕਿ ਵੀ ਅਸੀਂ ਇੱਕੋ ਭੇਜਾਂਗੇ ਉਹੀ ਅਪਰੂਵ ਹੋਏਗਾ। ऐसा नहीं होंगे, तुम पैनल भेजो, उन्हों की जी क्वालिफिकेशन है, उदा डॉक्टर वार्डर भी काफ़ी क्वालिफाइड है, नोन सर्जन हैगे है। लेकिन यह है कि भी जो प्रोसीजर हैगा कॉन्स्टिट्यूशनल, उन्होंने तो आप बाईपास नहीं करना चाहिए, आदर मान करना चाहिए। पिछले दिन अपने भारत के राष्ट्रपति आए थे अपना चंडीगढ़ विखे, तो साढ़े मुख्यमंत्री जी नदारे थे, कहते थे कि भी सानू को काम पै गया, भी कॉन्स्टिट्यूशनल ड्यूटी तो वड्डी कि ड्यूटी हैगी है, कि भी तुहाडा जिहड़ी जिम्मेवारी है कि भी ये राष्ट्रपति हाँ तो तुम मुख्यमंत्री तौर पर जिहड़ा हैगा तुम उन्होंने रिसीव करो, तुम उन्हों का जिहड़ा वेलकम करो, तो उदों भी आप बिजी हैं, क्योंकि इसलिए अपना थोड़ा जिहा इन्हों झात मारनी चाहिए है आम आदमी पार्टी के मुख्यमंत्री साहब सरदार भगवंत सिंह मान होना, तो भी अपनी वर्किंग चेंज करन, अपनी सरकार की वर्किंग चेंज करन, संविधान के अनुसार चलन। ठीक है, कालिए साहब लाइन पर रहे हो, बरिंदर सिंह ढिल्लों जुड़े है। ਢਿੱਲੋਂ ਜੀ, ਕੀ ਕਹੋਗੇ, ਰਾਜਪਾਲ ਨੇ ਫਾਈਲ ਮੁੜ ਜਿਹੜੀ ਹੈ ਪੰਜਾਬ ਸਰਕਾਰ ਵਾਲੇ ਪਾਲੇ 'ਚ ਭਗਾ ਕੇ ਮਾਰੀ ਹੈ ਕਿ ਠੀਕ ਕਰਕੇ ਭੇਜੋ, ਇੱਕ ਬੰਦੇ ਦਾ ਕਿਹੜਾ ਪੈਨਲ ਹੁੰਦਾ ਹੈ? ਦੇਖੋ, ਵੈਸੇ ਤਾਂ ਗਵਰਨਰ ਸਾਹਿਬ ਆਪਣੀ ਜੋ ਵੀ ਉਹਨਾਂ ਕੋਲ ਹੱਕ ਅਧਿਕਾਰ ਹੈਗਾ ਵਾ ਜਾਂ ਜੋ ਉਹਨਾਂ ਦੇ ਰੂਲ ਦੇ ਹਿਸਾਬ ਨਾਲ ਹੈਗੇ ਆ, ਉਸ ਹਿਸਾਬ ਨਾਲ ਅਗਰ ਉਹ ਠੀਕ ਆ ਤਾਂ ਫਿਰ ਆਮ ਆਦਮੀ ਪਾਰਟੀ ਨੂੰ ਸੋਚਣਾ ਚਾਹੀਦਾ ਵੀ ਕਿਉਂ ਆਪਾਂ ਵਾਰ ਵਾਰ ਮਜ਼ਾਕ ਬਣਵਾਈਦਾ ਆਪਣਾ। ਆਪਾਂ ਮਤਲਬ ਠੀਕ ਆ, ਤੁਸੀਂ ਨਵੀਂ ਸਰਕਾਰ ਬਣਾ ਲਈ ਆ, ਲੇਕਿਨ ਸਰਕਾਰ ਦੇ ਕਾਇਦੇ ਕਾਨੂੰਨ ਨਿਯਮ ਇਹ ਸਾਰਾ ਕੁਛ ਹੁੰਦੀ ਆ। ਸਾਡੇ ਵੀ ਤੁਸੀਂ ਵੇਖੋ, ਜਦੋਂ ਦਿੱਲ ਸੀਗੇ ਬੜੀ ਲੰਬਾ ਸਮਾਂ ਉਹਨਾਂ 'ਤੇ ਬੈਠੇ ਰਹੇ, ਕੰਟਰੈਕਚੁਅਲ ਇੰਪਲਾਈਜ਼ ਵਾਲਾ ਬਿੱਲ ਸੀਗਾ ਉਹਦੇ 'ਤੇ ਬੈਠੇ ਰਹੇ, ਉਸ ਤੋਂ ਬਾਅਦ ਉਹਨਾਂ ਨੇ ਹੋਰ ਜਦੋਂ ਉਹ ਪਾਰਲੀਮੈਂਟਰੀਜ਼ ਵਾਲਾ ਬਿੱਲ ਸੀਗਾ ਉਹਦੇ 'ਤੇ ਬੈਠੇ ਰਹੇ। ਸੋ ਗਵਰਨਰ ਸਾਹਿਬ ਦੇ ਕੋਲ ਉਹਨਾਂ ਦੇ ਆਪਣੀ ਅਗਰ ਪਾਵਾਂ ਦੇ ਅਧੀਨ ਉਹ ਚੀਜ਼ 'ਚ ਫੈਸਲੇ ਲੈ ਰਹੇ ਆ, ਅਤੇ ਉਹਦੇ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ। ਲੇਕਿਨ ਇਹ ਵੀ ਆਪਾਂ ਨੂੰ ਨਾਲ ਨਾਲ ਵੇਖਣਾ ਚਾਹੀਦਾ, ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ, ਇਹ ਨੌ ਸਿੱਖੀਆਂ ਦੀ ਸਰਕਾਰ ਆ, ਇੱਕ ਪੈਨਲ, ਬਾਕੀ ਗੱਲ ਸਹੀ ਹੈ, ਮੈਂ ਇੱਕ ਬੰਦੇ ਦਾ ਪੈਨਲ ਹੁੰਦਾ। ਔਰ ਗੱਲ ਇਹ ਆ ਵੀ ਇਹਨਾਂ ਦੇ ਅਫਸਰ ਇੰਨੇ ਆ, ਚਲੋ ਇਹ ਮੰਨ ਲਓ ਇਹਨਾਂ ਨੂੰ ਇਹ ਕਹਿਣ ਤੁਸੀਂ ਪਹਿਲੀ ਵਾਰ ਆਏ ਆ, ਸਾਰੀ ਬਿਊਰੋਕਰੇਸੀ ਆ, ਕੌਣ ਬੰਦੇ ਆ ਜਿਹੜੇ ਇਹਨਾਂ ਦੇ ਸਲਾਹਕਾਰ ਇਹਨਾਂ ਨੂੰ ਇਹੋ ਜਿਹੀ ਸਲਾਹਾਂ ਦਿੰਦੇ ਆ ਜਿਹਦੇ ਕਰਕੇ ਸਟੇਟ ਦੇ ਵਿੱਚ ਨੁਕਸਾਨ ਹੋ ਰਿਹਾ ਵਾਰ ਵਾਰ ਆਮ ਲੋਕਾਂ ਦਾ। ਮੁੱਦੇ ਮਤਲਬ ਜਿਹੜੇ ਬਣਨੇ ਚਾਹੀਦੇ ਆ, ਰੋਜ਼ ਨਵੀਂ ਕੰਟਰੋਵਰਸੀ ਖੜੀ ਕਰ ਦਿੰਦੇ, ਰੋਜ਼ ਨਵਾਂ ਕੋਈ ਨਾ ਕੋਈ ਇਹਨਾਂ ਦਾ ਇਹਨਾਂ ਵੱਲੋਂ ਕੋਈ ਨਾ ਕੋਈ ਇਹੋ ਜਿਹੇ ਬਿਆਨ ਆ ਜਾਂਦੇ ਆ ਜਾਂ ਇਹੋ ਜਿਹੀਆਂ ਹਰਕਤਾਂ ਹੋ ਜਾਂਦੀਆਂ ਵਾ, ਜਿਹਦੇ ਕਰਕੇ ਸਟੇਟ ਦੇ ਮੇਨ ਮੁੱਦੇ ਜਿਹੜੇ ਆ, ਭਾਵੇਂ ਇੰਪਲੋਇਮੈਂਟ ਆ, ਭਾਵੇਂ ਬੇਰੁਜ਼ਗਾਰੀ ਆ, ਭਾਵੇਂ ਜੋ ਸਕੂਲ ਦੀ ਐਜੂਕੇਸ਼ਨ, ਕਾਲਜ ਐਜੂਕੇਸ਼ਨ, 1158 ਇੰਪਲੋਈਜ਼ ਦਾ ਇਸ਼ੂ ਆ, ਤੁਸੀਂ ਵੇਖੋ ਤਹਿਸੀਲਦਾਰਾਂ ਦੇ ਪੇਪਰ ਦਾ ਇਸ਼ੂ ਆ, ਮਤਲਬ ਹਰ ਰੋਜ਼, ਕਿਉਂਕਿ ਸਰਕਾਰ ਦਾ ਫੋਕਸ ਜਿਹੜਾ ਵਾ ਉਹ ਸਿਰਫ ਗੁਜਰਾਤ ਔਰ ਹਿਮਾਚਲ ਹੋਣ ਕਰਕੇ ਪਿੱਛੇ ਇਹੋ ਜਿਹੀਆਂ ਅਣਗਹਿਲੀਆਂ ਹੋ ਰਹੀਆਂ। ਬਿਲਕੁਲ ਬਿਲਕੁਲ, ਸਵਾਲ ਇਹੀ ਹੈ ਢਿੱਲੋਂ ਸਾਹਿਬ ਕਿ ਆਖਿਰਕਾਰ ਸਰਕਾਰ ਨੂੰ ਨੌਲੇਜ ਨਹੀਂ ਸੀ ਜਾਂ ਸਰਕਾਰ ਨੇ ਜਾਣ ਬੁੱਝ ਕੇ ਇਸ ਤਰ੍ਹਾਂ ਕੀਤਾ। ਬਹੁਤ ਸ਼ੁਕਰੀਆ ਢਿੱਲੋਂ ਜੀ ਜੁੜਨ ਵਾਸਤੇ। ਮਨੋਰੰਜਨ ਕਾਲੀਆ ਜੀ, ਬਹੁਤ ਸ਼ੁਕਰੀਆ। ਸ਼੍ਰੋਮਣੀ